ਮੇਰਾ ਨਾਮ ਲਕਸ਼ਮੀ ਹੈ ਮੈਂ ਨਿਊਜ਼ ਚੈਨਲ 24/7 ਤੋਂ ਗੱਲ ਕਰਦੀ ਪਈ ਆ ਹਾਂਜੀ ਸਰ ਅਸੀਂ ਪੰਜਾਬ ਦੀ ਰਾਜਨੀਤਿਕ ਹਾਲਾਤਾਂ ਬਾਰੇ ਇੱਕ ਸਰਵੇ ਕਰਦੇ ਪਏ ਆ ਕੀ ਤੁਹਾਡੇ ਨਾਲ 2 ਮਿੰਟ ਗੱਲ ਹੋ ਸਕਦੀ ਹੈ ਸਰ ਕਰ ਲਓ ਜੀ ਓਕੇ ਸਰ ਤੁਸੀਂ ਪੰਜਾਬ ਦੇ ਵੋਟਰ ਹੋ ਹਾਂਜੀ ਠੀਕ ਹੈ ਸਰ ਤੁਹਾਡੇ ਜ਼ਿਲ੍ਹੇ ਦਾ ਕੀ ਨਾਮ ਹੈ ਮਾਨਸਾ ਜੀ ਮਾਨਸਾ ਹਲਕਾ ਕਿਹੜਾ ਪੈਂਦਾ ਸਰ ਤੁਹਾਨੂੰ ਸਰਦੂਲਗੜ੍ਹ ਜੀ ਓਕੇ ਸਰ ਪਿੰਡ ਦੇ ਵਿੱਚ ਰਹਿੰਦੇ ਹੋ ਕਿ ਸ਼ਹਿਰ ਦੇ ਵਿੱਚ ਪਿੰਡ ਚ ਜੀ ਠੀਕ ਹੈ ਸਰ ਜੇ ਹੁਣ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋ ਜਾਂਦੀਆਂ ਹਨ ਤਾਂ ਤੁਸੀਂ ਕਿਸ ਪਾਰਟੀ ਨੂੰ ਵੋਟ ਕਰੋਗੇ ਉਹਦਾ ਜੀ ਮੇਰੇ ਪਾਪਾ ਦੱਸੂਗਾ ਕਿਹਨੂੰ ਪਾਉਣੀ ਹੈ ਹਾਂਜੀ ਉਹ ਮੇਰੇ ਪਾਪਾ ਦੱਸੂਗਾ ਜੀ ਆਥਣੇ ਜਿੱਦੇ ਪਾਉਣੀ ਹੋਣੀ ਇੱਕ ਦਿਨ ਪਹਿਲਾਂ ਦੱਸ ਦਿੰਦਾ ਮੇਰੇ ਪਾਪਾ ਓਕੇ ਜਿਹਨੂੰ ਕਹੂ ਉਹਨੂੰ ਪਾ ਦਾਂਗੇ ਜੀ ਓਕੇ ਤਾਂ ਸਰ ਮਤਲਬ ਜ਼ਿਆਦਾ ਚਾਂਸਸ ਤੁਹਾਨੂੰ ਕਿਸ ਪਾਰਟੀ 'ਚ ਲੱਗਦੇ ਪਏ ਮਤਲਬ ਕਿਸ ਵਾਰ ਕਿਹਨਾਂ ਨੂੰ ਮੌਕਾ ਦੇਣਾ ਚਾਹੋਗੇ ਤੁਸੀਂ ਐਂ ਜੀ ਮੈਨੂੰ ਪਤਾ ਨਹੀਂ ਮੇਰੇ ਪਾਪੇ ਨੂੰ ਪੁੱਛ ਕੇ ਦੱਸ ਦੂੰਗਾ ਤੁਸੀਂ ਉਹਨਾਂ ਨਾਲ ਨਹੀਂ ਗੱਲ ਕਰਾ ਸਕਦੇ ਨਹੀਂ ਜੀ ਉਹਨਾਂ ਨਾਲ ਨਹੀਂ ਕਰਾ ਸਕਦਾ ਉਹਦਾ ਖੇਤ ਗਏ ਹੋਏ ਮਤਲਬ ਸਰ ਤੁਸੀਂ ਆਪਣੇ ਮੁਤਾਬਕ ਨਹੀਂ ਦੱਸ ਸਕਦੇ ਕਿਸੇ ਪਾਰਟੀ ਦਾ ਨਾਮ ਮੈਂ ਜਾਣਦਾ ਨਹੀਂ ਹੈ ਜੀ ਕਿਹੜੀਆਂ ਕਿਹੜੀਆਂ ਪਾਰਟੀਆਂ ਤੁਸੀਂ ਦੱਸ ਦਿਓ ਮੈਂ ਫਿਰ ਉਹ ਹਿਸਾਬ ਨਾਲ ਦੱਸ ਦੂੰ ਓਕੇ ਨਹੀਂ ਸਰ ਅਸੀਂ ਮਤਲਬ ਕਿ ਅਸੀਂ ਨਹੀਂ ਤੁਹਾਨੂੰ ਦੱਸ ਸਕਦੇ ਨਾ ਤੁਸੀਂ ਆਪਣੀ ਰਾਏ ਖੁਦ ਦੱਸ ਸਕਦੇਗੇ ਮੈਂ ਤਾਂ ਲਾਦਾ ਉਹ ਜਿੱਤੂ ਆ ਜੀ ਸਾਡੇ ਪਿੰਡ ਵਾਲਾ ਜਿਹੜਾ ਸਰਪੰਚ ਨਹੀਂ ਹੈਗਾ ਓਕੇ ਕਿਹੜੀ ਪਾਰਟੀ ਉਹਦੇ ਕੋਲੇ ਨੀਲੇ ਰੰਗ ਵਾਲੀ ਹੈ ਜੀ ਨੀਲੇ ਰੰਗ ਵਾਲੀ ਹਾਂਜੀ ਪਾਰਟੀ ਦਾ ਨਾਮ ਪਤਾ ਸਰ ਤੁਹਾਨੂੰ ਪਾਰਟੀ ਦਾ ਟਰੈਕਟਰ ਸੀਗਾ ਜੀ ਉਹਦਾ ਚੋਣ ਨਿਸ਼ਾਨ ਤਾਂ ਓਕੇ ਸਰ ਮਤਲਬ ਤੁਹਾਨੂੰ ਪਾਰਟੀ ਦਾ ਕਨਫਰਮ ਨਾਮ ਨਹੀਂ ਪਤਾ ਨਹੀਂ ਪਤਾ ਮੇਰੇ ਪਾਪੇ ਨੂੰ ਭੇਜ ਦੂੰ ਆਥਣੇ ਪੁੱਛੂਗਾ ਜੀ ਠੀਕ ਹੈ ਕੋਈ ਗੱਲ ਨਹੀਂ ਸਰ ਮੈਂ ਫਿਰ ਬਾਅਦ ਵਿੱਚ ਕਾਲ ਬੈਕ ਕਰ ਲਾਂ ਸਰ ਮੇਰਾ ਨਾਮ ਲਕਸ਼ਮੀ ਹੈ ਮੈਂ ਨਿਊਜ਼ ਚੈਨਲ 24/7 ਤੋਂ ਗੱਲ ਕਰਦੀ ਪਈ ਆ ਹਾਂਜੀ ਸਰ ਅਸੀਂ ਪੰਜਾਬ ਦੀ ਰਾਜਨੀਤਿਕ ਹਾਲਾਤਾਂ ਬਾਰੇ ਇੱਕ ਸਰਵੇ ਕਰਦੇ ਪਏ ਆ ਕੀ ਤੁਹਾਡੇ ਨਾਲ 2 ਮਿੰਟ ਗੱਲ ਹੋ ਸਕਦੀ ਹੈ ਸਰ ਕਰ ਲਓ ਜੀ ਓਕੇ ਸਰ ਤੁਸੀਂ ਪੰਜਾਬ ਦੇ ਵੋਟਰ ਹੋ ਹਾਂਜੀ ਠੀਕ ਹੈ ਸਰ ਤੁਹਾਡੇ ਜ਼ਿਲ੍ਹੇ ਦਾ ਕੀ ਨਾਮ ਹੈ ਮਾਨਸਾ ਜੀ ਮਾਨਸਾ ਹਲਕਾ ਕਿਹੜਾ ਪੈਂਦਾ ਸਰ ਤੁਹਾਨੂੰ ਸਰਦੂਲਗੜ੍ਹ ਜੀ ਓਕੇ ਸਰ ਪਿੰਡ ਦੇ ਵਿੱਚ ਰਹਿੰਦੇ ਹੋ ਕਿ ਸ਼ਹਿਰ ਦੇ ਵਿੱਚ ਪਿੰਡ 'ਚ ਜੀ ਠੀਕ ਹੈ ਸਰ ਜੇ ਹੁਣ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋ ਜਾਂਦੀਆਂ ਹਨ ਤਾਂ ਤੁਸੀਂ ਕਿਸ ਪਾਰਟੀ ਨੂੰ ਵੋਟ ਕਰੋਗੇ ਉਹਦਾ ਜੀ ਮੇਰੇ ਪਾਪਾ ਦੱਸੂਗਾ ਕਿਹਨੂੰ ਪਾਉਣੀ ਹੈ ਹਾਂਜੀ ਉਹ ਮੇਰੇ ਪਾਪਾ ਦੱਸੂਗਾ ਜੀ ਆਥਣੇ ਜਿੱਦੇ ਪਾਉਣੀ ਹੋਣੀ ਇੱਕ ਦਿਨ ਪਹਿਲਾਂ ਦੱਸ ਦਿੰਦਾ ਮੇਰੇ ਪਾਪਾ ਓਕੇ ਜਿਹਨੂੰ ਕਹੂ ਉਹਨੂੰ ਪਾ ਦਾਂਗੇ ਜੀ ਓਕੇ ਤਾਂ ਸਰ ਮਤਲਬ ਜ਼ਿਆਦਾ ਚਾਂਸਸ ਤੁਹਾਨੂੰ ਕਿਸ ਪਾਰਟੀ 'ਚ ਲੱਗਦੇ ਪਏ ਮਤਲਬ ਕਿਸ ਵਾਰ ਕਿਹਨਾਂ ਨੂੰ ਮੌਕਾ ਦੇਣਾ ਚਾਹੋਗੇ ਤੁਸੀਂ ਐਂ ਜੀ ਮੈਨੂੰ ਪਤਾ ਨਹੀਂ ਮੇਰੇ ਪਾਪੇ ਨੂੰ ਪੁੱਛ ਕੇ ਦੱਸ ਦੂੰਗਾ ਤੁਸੀਂ ਉਹਨਾਂ ਨਾਲ ਨਹੀਂ ਗੱਲ ਕਰਾ ਸਕਦੇ ਨਹੀਂ ਜੀ ਉਹਨਾਂ ਨਾਲ ਨਹੀਂ ਕਰਾ ਸਕਦਾ ਉਹਦਾ ਖੇਤ ਗਏ ਹੋਏ ਮਤਲਬ ਸਰ ਤੁਸੀਂ ਆਪਣੇ ਮੁਤਾਬਕ ਨਹੀਂ ਦੱਸ ਸਕਦੇ ਕਿਸੇ ਪਾਰਟੀ ਦਾ ਨਾਮ ਮੈਂ ਜਾਣਦਾ ਨਹੀਂ ਹੈ ਜੀ ਕਿਹੜੀਆਂ ਕਿਹੜੀਆਂ ਪਾਰਟੀਆਂ ਤੁਸੀਂ ਦੱਸ ਦਿਓ ਮੈਂ ਫਿਰ ਉਹ ਹਿਸਾਬ ਨਾਲ ਦੱਸ ਦੂੰ ਓਕੇ ਨਹੀਂ ਸਰ ਅਸੀਂ ਮਤਲਬ ਕਿ ਅਸੀਂ ਨਹੀਂ ਤੁਹਾਨੂੰ ਦੱਸ ਸਕਦੇ ਨਾ ਤੁਸੀਂ ਆਪਣੀ ਰਾਏ ਖੁਦ ਦੱਸ ਸਕਦੇਗੇ ਮੈਂ ਤਾਂ ਲਾਦਾ ਉਹ ਜਿੱਤੂ ਆ ਜੀ ਸਾਡੇ ਪਿੰਡ ਵਾਲਾ ਜਿਹੜਾ ਸਰਪੰਚ ਨਹੀਂ ਹੈਗਾ ਓਕੇ ਉਹਦੇ ਕੋਲੇ ਨੀਲੇ ਰੰਗ ਵਾਲੀ ਹੈ ਜੀ ਨੀਲੇ ਰੰਗ ਵਾਲੀ ਹਾਂਜੀ ਪਾਰਟੀ ਦਾ ਨਾਮ ਪਤਾ ਸਰ ਤੁਹਾਨੂੰ ਪਾਰਟੀ ਦਾ ਟਰੈਕਟਰ ਸੀਗਾ ਜੀ ਉਹਦਾ ਚੋਣ ਨਿਸ਼ਾਨ ਤਾਂ ਓਕੇ ਸਰ ਮਤਲਬ ਤੁਹਾਨੂੰ ਪਾਰਟੀ ਦਾ ਕਨਫਰਮ ਨਾਮ ਨਹੀਂ ਪਤਾ ਨਹੀਂ ਪਤਾ ਮੇਰੇ ਪਾਪੇ ਨੂੰ ਭੇਜ ਦੂੰ ਆਥਣੇ ਪੁੱਛੂਗਾ ਜੀ ਠੀਕ ਹੈ ਕੋਈ ਗੱਲ ਨਹੀਂ ਮੈਂ ਫਿਰ ਬਾਅਦ ਵਿੱਚ ਕਾਲ ਬੈਕ ਕਰ ਲਾਂ ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ ਫੇਸਬੁੱਕ ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ